पेश है इंटरनेशनल लोक गायक कला मंच कुराली दियां गतिविधियां दी एक विशेष रिपोर्ट। पिछले कई महीनों तो कोरोना वायरस कार महामारी का दौर चल रहा है, जिसके सिट्टे वजो पूरे विश्व विच हर वर्ग के लोगों नू अते कारोबारों नू बहुत नुकसान होया। इसी तरह ही संगीत नाल जुड़े व्यक्तियों नू भी महामारी की लपेट विच आना पिया। कुराली माजरी इकाई के प्रधान अमरजीत तिमान अते समूह अहुदेदार वालों जिथे संगीत खेतर की मदद की जाती है, उत्थे इस मंच वालों होर भी लोड़वंद परिवारों की सहायता की जाती है। मंच के अहुदेदार मीत प्रधान राही माणकपुर, चेयरमैन परमजीत सिंह, मुख्य सलाहकार इंद्रजीत गोरखा, जनरल सकत्तर सन्नी ऊनेवाला, खजानची अवतार पपराली, सप्रत सलाफ चतामली, मैडम मन सिमरन, राधिका शर्मा, मास्टर सज्जन सिंह, बिल्ला जख्मी, बलबीर वालिया, हरविंदर सिंह, सरजीत चतामला, प्रिंस मान, दिमल शर्मा, जग्गी सिंह माजरा, स्वर्ण सिंह माजरा, नरेश वर्मा, विक्की सुजानपुरिया आदि का मंच नू बहुत सहयोग है। ਸਾਡੇ ਅਮਰਜੀਤ ਮਾਨ ਜੀ ਮਰਿੰਡਾ ਕੁਰਾਲੀ ਮਾਜਰੀ ਦੇ ਅਖਾਈ ਪ੍ਰਧਾਨ ਹਕਮ ਬਖਤਰ ਨੇ ਇਹਨਾਂ ਨੂੰ ਜਿਹੜਾ ਅਹੁਦਾ ਸੰਭਾਲਿਆ ਜੀ, ਉਦੋਂ ਮੈਂ ਤਿਆਰ ਸ਼ੁਕਰ ਕਰਦਾ ਇਹ ਸਾਡੇ ਧਮਾਨ ਸਾਹਿਬ ਜੀ ਇੰਨਾ ਵੱਡਾ ਉਪਰਾਲਾ ਚੱਕਿਆ ਇਹਨਾਂ ਨੇ ਕਿ ਇਹ ਘਰ ਘਰ ਜਾ ਕੇ ਆਪਣਾ ਰਸ ਵੰਡ ਜਾ ਕੇ ਇਹ ਇੰਟਰਨੈਸ਼ਨਲ ਲੋਕ ਕਲਾ ਮੰਚ ਦੇ ਪ੍ਰਧਾਨ ਅਮਰਜੀਤ ਧਮਾਨ ਸਾਹਿਬ ਜੋ ਕਿ ਮਾਜਰੀ ਮਰਿੰਡਾ ਦੇ ਪ੍ਰਧਾਨ ਅੱਜ ਸਾਡੇ ਪਿੰਡ ਪਹੁੰਚੇ ਹਨ। ਸੋ ਆਪ ਨੂੰ ਪਤਾ ਹੀ ਹੈ ਕਿ ਜੋ ਇਹ ਕੋਰੋਨਾ ਬਿਮਾਰੀ ਵਾਇਰਸ ਦੇ ਚੱਲ ਰਿਹਾ ਹੈ, ਸੋ ਸਾਰੇ ਮਜੀਸ਼ੀਅਨ ਅਤੇ ਸਿੰਗਰ ਸਾਰੇ ਹੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਾਰੇ ਬੇਰੁਜ਼ਗਾਰ ਹੋਏ ਬੈਠੇ ਹਨ। ਸੋ ਇਹਨਾਂ ਦੀ ਬਾਂਹ ਫੜੀ ਹੈ ਸਾਡੇ ਪ੍ਰਧਾਨ ਸਾਹਿਬ ਅਮਰਜੀਤ ਧੀਮਾਨ ਜੀ ਅਤੇ ਚੇਅਰਮੈਨ ਸਾਹਿਬ ਨੇ। ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੋ ਕਿ ਸਾਡੇ ਪਿੰਡ ਆਏ ਹਨ ਅਤੇ ਇਹਨਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ। ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਦਾ। ਇੰਟਰਨੈਸ਼ਨਲ ਲੋਕ ਗਾਇਕ ਮੰਚ ਇਕਾਈ ਦੇ ਪ੍ਰਧਾਨ ਕੁਰਾਲੀ ਮਾਜਰੀ ਦੇ, ਉਹਨਾਂ ਨੂੰ ਪੁੱਛਦੀਆਂ ਦੋ ਗੱਲਾਂ ਕਿ ਅਮਰਜੀਤ ਧੀਮਾਨ ਜੀ ਕਿ ਜਿਹੜਾ ਤੁਹਾਡਾ ਮੰਚ ਬਣਿਆ ਹੈ ਇਹ ਸਿਰਫ ਸਿੰਗਰਾਂ ਦੀ ਹੈਲਪ ਦੇ ਲਈ ਬਣਿਆ ਹੈ ਜਾਂ ਤੁਸੀਂ ਅਦਰ ਸਮਾਜ ਦੀ ਵੀ ਕੋਈ ਹੈਲਪ ਦੇ ਵਿੱਚ ਯੋਗਦਾਨ ਪਾਓਗੇ? ਸਤਿ ਸ਼੍ਰੀ ਅਕਾਲ ਜੀ। ਸਾਡਾ ਮੰਚ ਤਾਂ ਇਹ ਸਿੰਗਰਾਂ ਵਾਸਤੇ ਹੀ ਬਣਿਆ ਜੀ, ਅਤੇ ਅਸੀਂ ਸਿੰਗਰਾਂ ਦੀ ਵੀ ਹੈਲਪ ਕਰ ਰਹੇ ਹਾਂ ਜੋ ਲੋੜਵੰਦ ਨੇ, ਮਜੀਸ਼ੀਅਨ ਨੇ ਲੋੜਵੰਦ ਜੋ ਵੀ ਹੈਗੇ ਆ ਉਹਨਾਂ ਨੂੰ ਰਾਸ਼ਨ ਦੇ ਰਹੇ ਹਾਂ ਅਤੇ ਜਿੰਨੀ ਕੁ ਵੀ ਹੁੰਦੀ ਹੈ ਹੈਲਪ ਕਰ ਰਹੇ ਹਾਂ। ਉਸ ਤੋਂ ਇਲਾਵਾ ਅਸੀਂ ਜੋ ਬਹੁਤ ਹੀ ਗਰੀਬ ਲੋੜਵੰਦ ਪਰਿਵਾਰ ਆਪਾਂ ਜਿਹਨਾਂ ਨੂੰ ਕਹਿ ਸਕਦੇ ਹਾਂ ਅਸੀਂ ਉਹ ਵੀ ਲੱਭਦੇ ਹਾਂ ਅਤੇ ਉਹਨਾਂ ਦੀ ਵੀ ਹੈਲਪ ਕਰਦੇ ਹਾਂ। ਸੋ ਇਕੱਲਾ ਸੰਗੀਤ ਨਾਲ ਹੀ ਨਹੀਂ ਅਸੀਂ ਸਾਰਿਆਂ ਦਾ ਹੀ ਕਰਦੇ ਹਾਂ, ਪਰ ਜ਼ਿਆਦਾਤਰ ਸਾਡਾ ਸੰਗੀਤ ਵਾਲਿਆਂ ਨੂੰ ਹੀ ਮਤਲਬ ਕਿ ਪ੍ਰੋਵਾਈਡ ਕਰ ਰਹੇ ਹਾਂ ਜੋ ਵੀ ਕਰ ਰਹੇ। ਮੈਂ ਮਨ ਸਿਮਰਨ, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।